ਸਿੱਧੀ ਨਾਮ ਦੇ ਸ਼ਖਸ ਜੋ ਸ਼ਰੇਆਮ ਵੀਡੀਓ ਦੇ ਵਿੱਚ ਰਿਵਾਲਵਰ ਜਿਹੜਾ ਲਹਿਰਾ ਕੇ ਨੌਜਵਾਨ ਪੀੜ੍ਹੀ ਨੂੰ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਜਿਹੜਾ ਉਹ ਖਰਾਬ ਕਰਨਾ ਚਾਹੁੰਦਾ। ਸ਼ਰੇਆਮ ਕਿਹਾ ਕਿ ਇਹ 2% ਹਨ, ਜਿੱਥੇ ਮਿਲਦੇ ਹਨ ਜਿੱਥੇ ਇਹਨਾਂ ਨਾਲ ਕੋਈ ਪੰਗਾ ਪੈਂਦਾ ਹੈ ਇਹਨਾਂ ਨੂੰ ਥਾਂ ਦੇ ਉੱਤੇ ਇਹ ਮਸਲ ਦਿੱਤਾ ਜਾਵੇ, ਕਤਲ ਕਰ ਦਿੱਤਾ ਜਾਵੇ। ਖੁਦ ਅੱਤਵਾਦੀ ਚਿਹਰਾ ਉਹਦਾ ਜਿਹੜਾ ਉਹ ਨੰਗਾ ਹੋ ਰਿਹਾ ਅਤੇ ਅੱਤਵਾਦ ਹੀ ਪੈਦਾ ਕਰਨਾ ਚਾਹੁੰਦਾ। ਇਸ ਦਾ ਅਕਸ ਜੇ ਜਾਣਨਾ ਚਾਹੀਏ ਤਾਂ ਇਹ ਕਾਫ਼ੀ ਵਾਰ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ ਇਹੋ ਭੜਕਾਊ ਬਿਆਨਾਂ ਦੇ ਪ੍ਰਤੀ। ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਸ਼ਿਵ ਸੈਨਾ ਦੇ ਪ੍ਰਧਾਨ ਸੁਰਜੀਤ ਸਿੰਘ ਦੇ ਖਿਲਾਫ਼ ਲਿਖਿਆ ਹੋਇਆ ਸੀ। ਜਥੇਬੰਦੀਆਂ ਦੇ ਆਗੂ ਨੇ ਦੱਸਿਆ ਕਿ ਆਪ ਜੀ ਦੇ ਧਿਆਨ ਹਿੱਤ ਦੰਗਾ ਭੜਕਾਊ ਗਤੀਵਿਧੀਆਂ ਅਨੁਸਾਰ ਨੌਜਵਾਨਾਂ ਨੂੰ ਸਿੱਧੇ ਰੂਪ ਵਿੱਚ ਗੁੰਮਰਾਹ ਕਰਨ ਅਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਪੂਰੀ ਸਾਜਿਸ਼ ਦੇ ਤਹਿਤ ਆਪਣੇ ਆਪ ਨੂੰ ਸ਼ਿਵ ਸੈਨਾ ਪ੍ਰਧਾਨ ਅਖਵਾਉਣ ਵਾਲਾ ਸੂਰੀ ਨਾਮ ਦਾ ਸ਼ਖਸ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਰਾਹੀਂ ਆਪਣੇ ਭੜਕਾਊ ਬਿਆਨਬਾਜ਼ੀ ਕਰ ਰਿਹਾ ਹੈ। ਇਸ ਵਿੱਚ ਸ਼ਰੇਆਮ ਵੀਡੀਓ ਰਾਹੀਂ ਰਿਵਾਲਵਰ ਲਹਿਰਾ ਕੇ ਨੌਜਵਾਨਾਂ ਨੂੰ ਹਥਿਆਰ ਰੱਖਣ ਬਾਰੇ ਕਿਹਾ ਜਾ ਰਿਹਾ ਹੈ, ਇਸ ਨਾਲ ਪੰਜਾਬ ਦਾ ਮਾਹੌਲ ਦੰਗਾ ਕੁਲ ਪੈਦਾ ਕਰਨਾ ਚਾਹੁੰਦਾ। ਵੀਡੀਓ ਰਾਹੀਂ ਸੂਰੀ ਘੱਟ ਗਿਣਤੀ ਸਿੱਖ ਕੌਮ ਭਾਈਚਾਰੇ ਪ੍ਰਤੀ ਕਾਤਲਾਨਾ ਸ਼ਬਦਾਵਲੀ ਦਾ ਇਸਤੇਮਾਲ ਕਰ ਸ਼ਰੇਆਮ ਕਹਿ ਰਿਹਾ ਹੈ ਕਿ ਜਿੱਥੇ ਵੀ ਇਹ ਘੱਟ ਗਿਣਤੀ ਲੋਕ ਮਿਲਣ ਮਸਲ ਦਿਓ, ਮਾਰ ਦਿਓ ਅਤੇ ਕਤਲ ਕਰ ਦਿਓ। ਆਪਣਾ ਰਿਵਾਲਵਰ ਦਿਖਾ ਕੇ ਨੌਜਵਾਨਾਂ ਨੂੰ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਦੇ ਹਥਿਆਰ ਰੱਖੋ। ਇਸ ਤੋਂ ਸਾਫ਼ ਸਾਬਿਤ ਹੋ ਰਿਹਾ ਕਿ ਸੂਰੀ ਖੁਦ ਅੱਤਵਾਦ ਫੈਲਾਉਣਾ ਚਾਹੁੰਦਾ ਹੈ, ਜਿਸ ਤੋਂ ਸੂਰੀ ਦਾ ਖੁਦ ਅੱਤਵਾਦੀ ਚਿਹਰਾ ਨੰਗਾ ਹੋ ਰਿਹਾ। ਸੋ ਇਸੇ ਸੂਰੀ ਨੂੰ ਸਮਾਂ ਰਹਿੰਦਿਆਂ ਰੋਕਿਆ ਨਾ ਗਿਆ ਤਾਂ ਇਸ ਵੱਲੋਂ ਨੌਜਵਾਨਾਂ ਨੂੰ ਭੜਕਾਉਣ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਗੰਭੀਰ ਸਿੱਟੇ ਨਿਕਲ ਸਕਦੇ ਨੇ। ਇਸ ਅਕਸ਼ ਉੱਪਰ ਪਹਿਲਾਂ ਵੀ ਕਈ ਤਰ੍ਹਾਂ ਦੇ ਭੜਕਾਊ ਬਿਆਨ ਦੇਣ ਅਤੇ ਮਾਹੌਲ ਖਰਾਬ ਕਰਨ ਸੰਬੰਧੀ ਪਰਚੇ ਦਰਜ ਨੇ ਅਤੇ ਕਈ ਵਾਰ ਜੇਲ੍ਹ ਵੀ ਜਾ ਚੁੱਕਾ। ਸੋ ਇਸ ਲਈ ਬਿਨਾਂ ਦੇਰੀ ਤੁਰੰਤ ਸੂਰੀ ਦੇ ਰਿਵਾਲਵਰ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇ ਅਤੇ ਸੂਰੀ ਨਾਮ ਦੇ ਸ਼ਖਸ ਉੱਪਰ ਬਿਨਾਂ ਦੇਰੀ ਸਖ਼ਤ ਕਾਰਵਾਈ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ CP ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਹੈ ਕਿ ਜੇ ਇਹ ਸ਼ਖਸ ਜੋ ਸ਼ਰੇਆਮ ਨੌਜਵਾਨਾਂ ਨੂੰ ਭੜਕਾ ਕੇ ਸ਼ਾਂਤਮਈ ਮਾਹੌਲ ਜਿਹੜਾ ਉਹਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ 'ਤੇ ਸਖ਼ਤ ਤੋਂ ਸਖ਼ਤ ਜਿਹੜੀ ਉਹ ਕਾਰਵਾਈ ਬਿਨਾਂ ਦੇਰੀ ਕਾਰਵਾਈ ਜਿਹੜੀ ਕਰਕੇ ਅਤੇ ਉਹਨੂੰ ਜਿਹੜਾ ਉਹਦੇ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ। ਕਿਸ ਤਰ੍ਹਾਂ ਦੀ ਵੀਡੀਓ ਪਾ ਕੇ ਕੀ ਭੜਕਾਉਂਦੇ ਉਹਨਾਂ ਨੇ ਜਿਹੜੀ ਵੀਡੀਓ ਪਾਈ ਹੈ ਉਹਦੇ ਵਿੱਚ ਸ਼ਰੇਆਮ ਜਿਹੜਾ ਇੱਕ ਨੌਜਵਾਨ ਉਹਨੂੰ ਕਹਿ ਰਿਹਾ ਕਿ ਜਿਹੜੇ ਮਹਿੰਗੇ ਮੋਬਾਈਲ ਆ ਉਹ ਨਾ ਖਰੀਦੋ, ਮੋਟਰਸਾਈਕਲ ਨਾ ਖਰੀਦੋ, ਇਸ ਤਰ੍ਹਾਂ ਦੇ ਜਿਹੜੇ ਆਪਣਾ ਜਿਹੜਾ ਰਿਵਾਲਵਰ ਵਿਖਾ ਕੇ ਕਹਿ ਰਿਹਾ ਕਿ ਇਸ ਤਰ੍ਹਾਂ ਦੇ ਹਥਿਆਰ ਖਰੀਦੋ, ਜਿਹੜਾ ਘੱਟ ਗਿਣਤੀ ਭਾਈਚਾਰਾ ਸਿੱਧਿਆ ਸ਼ਰੇਆਮ ਦੇ ਵਿੱਚ ਸਿੱਖ ਕੌਮ ਨੂੰ ਕਹਿ ਰਿਹਾ ਕਿ ਉਹਨਾਂ ਨੂੰ ਜਿੱਥੇ ਵੀ ਮਿਲਣ ਨੂੰ ਮਸਲ ਦਿਓ, ਮਾਰ ਦਿਓ, ਕਤਲ ਕਰ ਦਿਓ, ਅਤੇ ਜੇ ਕਿਸੇ ਕੋਲ ਹਥਿਆਰ ਨਹੀਂ ਹੈਗੇ ਅਸੀਂ ਲੈ ਕੇ ਦਿੰਦੇ ਹਾਂ। ਅਸੀਂ CP ਸਾਹਿਬ ਕੋਲ, ਪੰਜਾਬ ਸਰਕਾਰ ਕੋਲ ਵੀ ਇਹ ਮੰਗ ਕਰਦੇ ਹਾਂ ਕਿ ਪਤਾ ਨਹੀਂ ਜਿਹੜਾ ਇਹਦਾ ਖੁਦ ਦਾ ਰਿਵਾਲਵਰ ਉਹ ਲਾਇਸੈਂਸੀ ਵੀ ਆ ਜਾਂ ਨਹੀਂ, ਅਜੇ ਹੈਗਾ ਲਾਇਸੈਂਸੀ ਵੀ ਆ ਅਤੇ ਉਹਦਾ ਜਿਹੜਾ ਲਾਇਸੈਂਸ ਆ ਉਹਨੂੰ ਰੱਦ ਕਰਨਾ ਚਾਹੀਦਾ ਅਤੇ ਬਿਨਾਂ ਦੇਰੀ ਇਹਦੇ 'ਤੇ ਜਿਹੜੀ ਉਹ ਕਾਰਵਾਈ ਕਰਨੀ ਚਾਹੀਦੀ। ਸਿੱਖ ਕੌਮ ਨੂੰ ਬੜਾ ਕਿਹਾ ਗਿਆ ਵੀ ਘੱਟ ਗਿਣਤੀ ਦੇ ਹੈਗੇ ਇਹਨਾਂ ਜਿੱਥੇ ਪਰਦਾ ਮਿਲਦੋ, ਕੀ ਕਹਿਣਾ ਤੁਹਾਡਾ? ਸਿੱਖ ਕੌਮ ਦਾ ਵੇਖੋ, ਪਹਿਲਾਂ ਤਾਂ ਅਸੀਂ ਇਹਨੂੰ ਇਹ ਪੁੱਛਣਾ ਚਾਹੁੰਦੇ ਵੀ ਇਹਦੀ ਖੁਦ ਦੀ ਕੋਈ ਕੀ ਕੁਰਬਾਨੀ ਹੈ ਜਿਹੜਾ ਇਸ ਸਿੱਖ ਕੌਮ ਨੂੰ ਇਸ ਤਰ੍ਹਾਂ ਲਲਕਾ ਰਿਹਾ ਕਿ ਇਹਨੂੰ ਪਿਛਲਾ ਜਿਹੜਾ ਸਿੱਖ ਕੌਮ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ, ਵੇਖ ਲੈਣਾ ਕਿ ਅੱਜ ਤੱਕ ਸਿੱਖ ਕੌਮ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਅਤੇ ਇਹਨਾਂ ਕੌਮਾਂ ਵਾਸਤੇ ਕੀਤੀਆਂ। ਅਸੀਂ ਕਿਸੇ ਵੀ ਕੌਮ ਦੇ ਨਾਲ ਕੋਈ ਜਿਹੜਾ ਉਹ ਵਿਤਕਰਾ ਨਹੀਂ ਸਮਝਦੇ, ਸਾਰੇ ਜਿਹੜੇ ਹੈਗੇ ਨੇ ਉਹ ਭਾਈਚਾਰਕ ਸਾਂਝ, ਉਹ ਸਾਰੀ ਸਤਿਕਾਰਯੋਗ ਹੈ। ਸਿੱਖ, ਮੁਸਲਿਮ, ਹਿੰਦੂ ਕੋਈ ਵੀ ਹੈ, ਇਹ ਸਾਰਿਆਂ ਦੇ ਵਿੱਚ ਜਿਹੜੀ ਲਾਂਭੂ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਇਹਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਇਹ ਭਾਈਚਾਰੇ ਨੂੰ ਭੜਕਾਉਣ ਦੀ ਆਪਸ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਆ ਉਹ ਬੰਦ ਕਰ ਦਿਓ, ਨਾ ਕਰੇ। ਆਪਣਾ ਨਾਮ ਅਤੇ ਸੋਸਾਇਟੀ ਦਾ ਨਾਮ? ਹਾਂ, ਦੇਸੀ ਏਕਤਾ ਮੰਚ ਪੰਜਾਬ ਡਿਸਟ੍ਰਿਕਟ ਪ੍ਰੈਜੀਡੈਂਟ ਹਰਪਾਲ ਸਿੰਘ ਕਮਰਾ ਵੱਲੋਂ ਅੱਜ ਇੱਕ ਕੰਪਲੇਂਟ ਕਮਿਸ਼ਨਰ ਸਾਹਿਬ ਨੂੰ ਦਿੱਤੀ ਜਾ ਰਹੀ ਹੈ
ਜਿਹਦੇ ਵਿੱਚ ਇੱਕ ਸ਼ੂਰੀ ਸੂਰੀ ਨਾਂ ਦਾ ਸ਼ਖਸ ਜੋ ਸ਼ਿਵ ਸੈਨਾ ਟਕਸਾਲੀ ਦਾ ਰਾਸ਼ਟਰੀ ਅਧਿਕਸ਼ ਅਖਵਾਉਂਦਾ ਹੈ, ਉਹ ਸ਼ਹਿਰ ਦਾ ਮਾਹੌਲ ਵਿਗਾੜਨ ਪ੍ਰਤੀ ਕਾਫੀ ਗੁੰਮਰਾਹਕੂਨ ਪ੍ਰਚਾਰ ਸੋਸ਼ਲ ਮੀਡੀਆ ਰਾਹੀਂ ਕਰ ਰਿਹਾ ਹੈ, ਉਸ ਦੇ ਖਿਲਾਫ਼ ਕੰਪਲੇਂਟ ਦਿੱਤੀ ਜਾ ਰਹੀ ਹੈ। ਸਰ ਕੁਝ ਦਿਨ ਪਹਿਲਾਂ ਵੀ ਬਿਆਨ ਆਇਆ ਸੁਰੇਸ਼ ਸਾਹਿਬ ਦੀ ਕਿ ਜੇ ਇੱਦਾਂ ਨਹੀਂ ਕੰਮ ਹੁੰਦੇ ਹਥਿਆਰਾਂ ਲੈ ਕੇ ਉਹ ਇਸ ਦਾ ਅਕਸ ਜੇ ਜਾਣਨਾ ਚਾਹੀਏ ਤਾਂ ਇਹ ਕਾਫੀ ਵਾਰ ਪਹਿਲਾਂ ਵੀ ਜੇਲ੍ਹ 'ਚ ਆ ਚੁੱਕਾ ਹੈ ਇਹੋ ਭੜਕਾਊ ਬਿਆਨਾਂ ਦੇ ਪ੍ਰਤੀ, ਇਹ ਜ਼ਮਾਨਤ ਦੇ ਉੱਪਰ ਬਾਹਰ ਹੈ। ਇਹ ਕੁਛ ਟਾਈਮ ਪਹਿਲਾਂ ਵੀਡੀਓ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ, ਉਸਦੇ ਉੱਪਰ ਸ਼ਰੇਆਮ ਇਹ ਰਿਵਾਲਵਰ ਲਹਿਰਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਕਿ ਮੋਬਾਈਲ ਅਤੇ ਮੋਟਰਸਾਈਕਲ ਖਰੀਦਣ ਦੀ ਬਜਾਏ ਰਿਵਾਲਵਰ ਖਰੀਦੋ ਔਰ ਘੱਟ ਗਿਣਤੀ ਭਾਈਚਾਰਾ ਜੋ ਹੈ ਉਹਨਾਂ ਦੇ ਨਾਲ ਜਿੱਥੇ ਵੀ ਪੰਗਾ ਪੈਂਦਾ ਹੈ ਉਹਨਾਂ ਨੂੰ ਥਾਂ ਦੇ ਉੱਤੇ ਕਤਲ ਕਰ ਦਿੱਤਾ ਜਾਵੇ ਅਤੇ ਮਾਰ ਦਿੱਤਾ ਜਾਵੇ। ਕਿਹੜਾ ਘੱਟ ਭਾਈਚਾਰਾ ਕਿਹਨਾਂ ਨਾਲ ਆ ਗਿਆ? ਹਾਂਜੀ ਕਿਹਨੂੰ ਕਿਹਾ ਗਿਆ ਘੱਟ ਭਾਈਚਾਰਾ? ਸਿੱਖ ਇਹ ਘੱਟ ਗਿਣਤੀ ਭਾਈਚਾਰਾ ਸਿੱਖ ਸਮੁਦਾਇ ਨੂੰ ਟਾਰਗੇਟ ਕੀਤਾ ਗਿਆ। ਅੱਜ ਤੁਸੀਂ ਮੰਗ ਪੱਤਰ ਦੇ ਉਸ ਜਿਹਨੇ ਸ਼ਰੇਆਮ ਕਿਹਾ ਕਿ ਇਹ 2% ਹਨ ਇਹਨਾਂ ਜਿੱਥੇ ਮਿਲਦੇ ਹਨ ਜਿੱਥੇ ਇਹਨਾਂ ਨਾਲ ਕੋਈ ਪੰਗਾ ਪੈਂਦਾ ਹੈ ਇਹਨਾਂ ਨੂੰ ਥਾਂ ਦੇ ਉੱਤੇ ਇਹ ਮਸਲ ਦਿੱਤਾ ਜਾਵੇ ਕਤਲ ਕਰ ਦਿੱਤਾ ਜਾਵੇ, ਮੌਕਾ ਆਉਣ ਦੇ ਉੱਤੇ ਅਸੀਂ ਇਹ ਵਿਦ ਪਰੂਫ ਅਸੀਂ ਪ੍ਰਸ਼ਾਸਨ ਨੂੰ ਦੇ ਸਕਦੇ ਹਾਂ। ਇਹਦਾ ਤੇ ਸਤਾਨੀ ਆਨਸਰ ਸਿੱਖ ਕੌਮ ਨੂੰ ਵੀ ਬਦਨਾਮ ਕਰ ਰਿਹਾ ਹੈ। ਹਾਂ ਸਿੱਖ ਮਤਲਬ ਅਸੀਂ ਅਮਨ ਪਸੰਦ ਜਥੇਬੰਦੀਆਂ ਸਾਰੀਆਂ ਸਾਡੇ ਨਾਲ 9 ਜਥੇਬੰਦੀਆਂ ਦੀ ਸਹਿਮਤੀ ਪ੍ਰਗਟਾਈ ਗਈ ਹੈ। ਇਹਦੇ 'ਚ ਅਸੀਂ ਚਾਹੁੰਦੇ ਹਾਂ ਕਮਿਸ਼ਨਰ ਸਾਹਿਬ ਕੋਲ ਮੰਗ ਚਾਹੁੰਦੇ ਹਾਂ ਪ੍ਰਸ਼ਾਸਨ ਕੋਲ ਮੰਗ ਚਾਹੁੰਦੇ ਹਾਂ ਕਿ ਸ਼ਹਿਰ ਦਾ ਮਾਹੌਲ ਜਿਹੜਾ ਉਹ ਖਰਾਬ ਨਾ ਕੀਤਾ ਜਾਵੇ, ਅਮਨ ਭਾਈਚਾਰਾ ਕਾਇਮ ਰੱਖਿਆ ਜਾਵੇ, ਇਹਦਾ ਜਲਦ ਤੋਂ ਜਲਦ ਲਾਇਸੈਂਸੀ ਰੱਦ ਕੀਤਾ ਜਾਵੇ ਔਰ ਇਹਦਾ ਹਥਿਆਰ ਜ਼ਬਤ ਕਰਕੇ ਅਤੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਅੰਦਰ ਕੀਤਾ ਜਾਵੇ। ਆਵਾਜ਼ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।